ਨਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਰਚਨਾ ਸੇਵਕ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਲਕੇ ਨਵੀਂ ਦਿੱਲੀ ਵਿੱਚ ਏਸ਼ੀਆਈ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਵਧਾਉਣਗੇ ਹੌਸਲਾ ਅਤੇ ਕਰਨਗੇ ਮਨਕੀ ਬਾਤ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਤਹਿਤ ਹਿਮਾਚਲ ਪ੍ਰਦੇਸ਼ ਦੇ ਜਸਮਾ ਦੇ ਬਖਬਖ ਪਿੰਡਾਂ ਦੇ ਘਰਾਵਾਂ ਚੋਂ ਮਿੱਟੀ ਕੀਤੀ ਇਕੱਠੀ सीआरपीएफ ਦੀ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੋਟਰਸਾਈਕਲ ਰੈਲੀ ਨੇ ਵਾਗਾ ਬਾਰਡਰ ਦਾ ਕੀਤਾ ਦੌਰਾ ਮਹਿਲਾ ਬੈਂਡ ਟੁਕੜੀ ਵੱਲੋਂ ਯਸ਼ਸ਼ਵੀ ਮੋਟਰਸਾਈਕਲ ਸਵਾਰਾਂ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ ਅਤੇ ਕਪੂਰਥਲਾ ਵਿੱਚ ਜੈਵ ਊਰਜਾ ਖੋਜ ਵਿੱਚ ਮੌਜੂਦਾ ਤਰੱਕੀ ਵਿਸ਼ੇ ਤੇ ਚਾਰ ਰੋਜ਼ਾ ਚੌਥੀ ਕੋ ਮੰਤਰੀ ਕਾਨਫਰੰਸ ਦਾ ਹੋਇਆ ਉਦਘਾਟਨ de hunca bram westernal ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ ਨਵੀਂ ਦਿੱਲੀ ਵਿੱਚ ਏਸ਼ੀਆਈ ਖੇਡਾਂ ਵਿੱਚ ਭਾਗ ਲੈਣ ਵਾਲੇ ਭਾਰਤੀ ਐਥਲੀਟਾਂ ਦੇ दल ਨੂੰ ਸੰਬੋਧਨ ਕਰਨਗੇ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਖਿਡਾਰੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਉਹਨਾਂ ਦੀ ਸ਼ਲਾਘਾ ਕਰਨਗੇ ਅਤੇ ਨਾਲ ਹੀ ਭਵਿੱਖ ਵਿੱਚ ਹੋਣ ਵਾਲੇ ਮੁਕਾਬਲਿਆਂ ਲਈ ਉਹਨਾਂ ਨੂੰ ਪ੍ਰੇਰਿਤ ਵੀ ਕਰਨਗੇ। ਇਸ ਪ੍ਰੋਗਰਾਮ ਵਿੱਚ ਭਾਰਤੀ दल ਦੇ ਕੋਚ, ਭਾਰਤੀ 올림픽 ਸੰਘ ਦੇ ਅਧਿਕਾਰੀ ਅਤੇ ਕੌਮੀ ਖੇਡ ਫੈਡਰੇਸ਼ਨਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਸੰਪੰਨ ਹੋਈਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ 38 ਸੋਨ ਤਮਗੀਆਂ ਸਮੇਤ ਤੁਹਾਨੂੰ ਲਿਕਸ 7 ਤਮਗੇ ਜਿੱਤੇ ਨੇ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਮੇਰੀ ਮਾਟੀ ਮੇਰਾ ਦੇਸ਼ ਦੇ ਤਹਿਤ ਆਪਣੇ ਸੰਸਦੀ ਹਲਕੇ ਜਸਵਾ ਪਰਾਗਪੁਰ ਵਿਧਾਨ ਸਭਾ ਦੇ ਰੀੜੀ ਕੁਠੇੜਾ ਅਮਰੋ ਅਤੇ ਨਾਰੀ ਪਿੰਡ ਦੀਆਂ ਪੰਚਾਇਤਾਂ ਚ ਪੈਂਦੇ ਘਰਾ ਤੋਂ ਮਿੱਟੀ ਇਕੱਠੀ ਕੀਤੀ ਅਤੇ ਇਕੱਠ ਨੂੰ ਸੰਬੋਧਨ ਕੀਤਾ ਉਹਨਾਂ ਕਿਹਾ ਕਿ ਵੀਰ ਭੂਮੀ ਹਿਮਾਚਲ ਪ੍ਰਦੇਸ਼ ਕੁਰਬਾਨੀਆਂ ਦੀ ਧਰਤੀ ਹੈ ਇੱਥੋਂ ਦੇ ਪਿੰਡਾਂ ਦੇ ਪਿੰਡ ਵੀਰ ਨਾਇਕਾ ਦੀਆਂ ਕਹਾਣੀਆਂ ਨਾਲ ਭਰੇ ਹੋਏ ਨੇ ਮੇਰੀ ਮਾਟੀ ਮੇਰਾ ਦੇਸ਼ ਸਾਡੇ ਸ਼ਹੀਦਾਂ ਆਜ਼ਾਦੀ ਕੋ ਲਾਟੀਆਂ ਅਤੇ ਅਣਗੌਲੇ ਨਾਇਕਾ ਨੂੰ ਯਾਦ ਕਰਨ ਅਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਹੈ ਖੇਡਾਂ ਤੇ ਯੁਵਾ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਏਸ਼ੀਆਈ ਖੇਡਾਂ 'ਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਖਿਡਾਰੀਆਂ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਖੇਡਾਂ ਨੂੰ ਹਲਾਸ਼ੇਰੀ ਦੇਣ ਲਈ ਅਤੇ ਖਿਡਾਰੀਆਂ ਨੂੰ ਜ਼ਿਲ੍ਹਾ ਪੱਧਰ ਤੇ ਮਿਆਰੀ ਸਹੂਲਤਾਂ ਉਪਲਬਧ ਕਰਵਾਉਣ ਲਈ ਦੇਸ਼ ਭਰ 'ਚ ਛੇਤੀ ਹੀ 1000 ਖੇਡੋ ਇੰਡੀਆ ਸੈਂਟਰ ਖੋਲੇ ਜਾਣਗੇ। ਉਹਨਾਂ ਕਿਹਾ ਕਿ ਖੇਡਾਂ ਦੇ ਵਿਕਾਸ ਲਈ ਤਿਆਰ ਕੀਤੇ ਜਾ ਰਹੇ ਬੁਨਿਆਦੀ ਢਾਂਚੇ ਦਾ ਮੰਤਵ ਭਵਿੱਖ ਵਿੱਚ ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ 올림픽 ਵਿੱਚ ਤਮਗਾ ਜੇਤੂ ਬਣਨ ਲਈ ਖਿਡਾਰੀਆਂ ਨੂੰ ਸਹੂਲਤਾਂ ਦੇਣਾ ਹੈ। खेलो इंडिया यूथ गेम्स यूनिवर्सिटी गेम्स विंटर गेम्स की शुरुआत और साथ ही साथ खेलों का नया आधारभूत ढांचा बनाया भोजन का ट्रेनिंग का सारा खर्चा भारत सरकार वहन करती है और छह लाख रुपया एथलीट को कोर ग्रुप वाले को जेब खर्च देती है खाना पीना सारा ट्रेनिंग हमारा खर्चा देश का विदेश का ਔਰ ਉੱਪਰ سے 6 ਲੱਖ ਰੁਪਏ ਸਾਲ ਦਾ ਜੇਬ ਖਰਚ ਔਰ ਜੋ ਉਸ ਤੋਂ نیچے ਡਿਵੈਲਪਮੈਂਟ ਐਥਲੀਟ ਹੈ ਉਹਨਾਂ ਦਾ ਵੀ ਸਾਰਾ ਖਰਚਾ ਭਾਰਤ ਸਰਕਾਰ ਦਾ ਔਰ 3 ਲੱਖ ਰੁਪਏ ਜੇਬ ਖਰਚ ਭਾਰਤ ਚੋਣ ਕਮਿਸ਼ਨ ਵੱਲੋਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਮੁੱਖ ਚੋਣ ਅਧਿਕਾਰੀ ਰਾਜੀਵ ਕੁਮਾਰ ਨੇ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਛੱਤੀਸਗੜ੍ਹ ਵਿੱਚ ਦੋ ਗੇੜਾਂ ਤਹਿਤ 7 ਅਤੇ 17 ਨਵੰਬਰ ਨੂੰ ਵੋਟਾਂ ਪੈਣਗੀਆਂ ਇਸ ਦੇ ਨਾਲ ਹੀ ਮਧ ਪ੍ਰਦੇਸ਼ ਵਿੱਚ 17 ਮਿਜ਼ੋਰਮ 'ਚ 7 ਰਾਜਸਥਾਨ 'ਚ ਤਈ ਅਤੇ ਤੇਲੰਗਾਨਾ 'ਚ 3 ਨਵੰਬਰ ਨੂੰ ਵੋਟਾਂ ਪੁਆਈਆਂ ਜਾਣਗੀਆਂ ਉਨ੍ਹਾਂ ਦੱਸਿਆ ਕਿ 3 ਦਸੰਬਰ ਨੂੰ ਪੰਜਾਂ ਸੂਬਿਆਂ 'ਚ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਐਲਾਨੇ ਜਾਣਗੇ सीआरपीएफ ਵੱਲੋਂ ਮਹਿਲਾ ਸਸ਼ਕਤੀਕਰਨ ਅਤੇ ਕੌਮੀ ਏਕਤਾ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ 50 ਯਸ਼ਸ਼ਵੀ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੋਟਰਸਾਈਕਲ ਰੈਲੀ ਨੇ ਭਾਰਤ-ਪਾਕਿਸਤਾਨ ਸਰਹੱਦ ਤੇ ਪੈਂਦੇ ਵਾਗਾ ਬਾਰਡਰ ਦਾ ਦੌਰਾ ਕੀਤਾ। ਇਸ ਦੌਰਾਨ सीआरपीएफ ਦੀ ਮਹਿਲਾ ਬੈਂਡ ਟੁਕੜੀ ਨੇ ਆਪਣੀ ਪੇਸ਼ਕਾਰੀ ਨਾਲ ਸਭਾ ਬੰਨਿਆ। ਪ੍ਰੋਗਰਾਮ ਵਿੱਚ सीआरपीएफ ਦੀ 245 ਬਟਾਲੀਅਨ ਦੇ ਕਮਾਂਡੈਂਟ ਬ੍ਰਿਜ ਲਾਲ, ਬੀਐਸਐਫ ਦੇ ਕਮਾਂਡੈਂਟ ਅਜੀਤ ਕੁਮਾਰ ਮਿਸ਼ਰਾ ਸਮੇਤ ਕਈ ਸੀਨੀਅਰ ਅਧਿਕਾਰੀ ਅਤੇ ਜਵਾਨ ਵੀ ਹਾਜ਼ਰ ਸਨ। "ਬੇਟੀ ਬਚਾਓ, ਬੇਟੀ ਪੜਾਓ" ਦਾ ਸੁਨੇਹਾ ਦਿੰਦੀ ਇਹ ਮੋਟਰਸਾਈਕਲ ਰੈਲੀ ੜੜੀਆਂ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਨਾਰੀ ਸਸ਼ਕਤੀਕਰਨ ਦਾ ਜਸ਼ਨ ਮਨਾ ਰਹੀ ਹੈ ਬਲਕੇ ਇਸ ਮੋਟਰਸਾਈਕਲ ਰੈਲੀ ਚ ਸ਼ਾਮਲ ਸੀਆਰਪੀਐਫ ਦੀਆਂ ਮਹਿਲਾ ਅਧਿਕਾਰੀ ਅਤੇ ਕਰਮਚਾਰੀ ਅਮ੍ਰਿਤਸਰ ਦੇ ਸਵਰੂਪ ਰਾਣੀ ਮਹਿਲਾ ਕਾਲਜ ਅਮ੍ਰਿਤਸਰ ਚ ਕਰਵਾਏ ਜਾਣ ਵਾਲੇ ਸਮਾਗਮ ਚ ਹਿੱਸਾ ਲੈਣਗੀਆਂ ਬਾਅਦ ਦੁਪਹਿਰ ਇਤਿਹਾਸਿਕ ਜਲੀਆਂ ਵਾਲਾ ਬਾਗ ਵਿੱਚ ਸੀਆਰਪੀਐਫ ਮਹਿਲਾ ਬੈਂਡ ਵੱਲੋਂ ਆਪਣੀ ਪੇਸ਼ਕਾਰੀ ਕੀਤੀ ਜਾਵੇਗੀ ਕਪੂਰਥਲਾ ਸਥਿਤ ਸਰਦਾਰ ਸਵਰਨ ਸਿੰਘ ਕੌਮੀ ਜੈਵ ਊਰਜਾ ਸੰਸਥਾਨ ਵਿਖੇ ਅੱਜ ਜੈਵ ਊਰਜਾ ਖੋਜ ਵਿੱਚ ਮੌਜੂਦਾ ਤਰੱਕੀ ਵਿਸ਼ੇ ਤੇ ਚਾਰ ਰੋਜ਼ਾ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਹੋਇਆ 9 ਤੋਂ 12 ਅਕਤੂਬਰ ਤੱਕ ਚੱਲਣ ਵਾਲੀ ਇਸ ਕਾਨਫਰੰਸ ਵਿੱਚ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤralਾ ਦੇ ਸਕੱਤਰ ਭੁਪਿੰਦਰ ਸਿੰਘ ਭੱਲਾ ਮੁੱਖ ਮਹਿਮਾਨ ਅਤੇ IIT ਰੁੜਕੀ ਦੇ ਡਾਇਰੈਕਟਰ ਪ੍ਰੋਫੈਸਰ ਕੇਕੇ ਪੰਤ ਵਿਸ਼ੇਸ਼ ਮਹਿਮਾਨ ਸਨ ਕਾਨਫਰੰਸ ਦੇ ਉਦਘਾਟਨੀ ਸਮਾਗਮ ਦੌਰਾਨ ਕੇਂਦਰੀ ਰਸਾਇਣ ਤੇ ਖਾਦ ਅਤੇ ਨਵੀਂ ਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਭਗਵੰਤ ਇਸ ਕਾਨਫਰੰਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਹੋਇਆਂ ਕਿਹਾ ਕਿ ਜੈਵ ਊਰਜਾ ਦੇ ਖੇਤਰ ਵਿੱਚ ਇਸ ਸੰਸਥਾਨ ਦੀ ਖਾਸ ਭੂਮਿਕਾ ਰਹੀ ਹੈ। ਉਹਨਾਂ ਕਿਹਾ ਕਿ ਸੰਸਥਾਨ ਵੱਲੋਂ ਆਯੋਜਿਤ ਕੀਤੀ ਜਾ ਰਹੀ ਇਸ ਕਾਨਫਰੰਸ ਦੌਰਾਨ ਖੋਜਾਰਥੀਆਂ, ਉਦਯੋਗਪਤੀਆਂ ਅਤੇ ਮਾਹਿਰਾਂ ਦੀ ਇਕੱਤਰਤਾ ਜੈਵ ਊਰਜਾ ਦੇ ਖੇਤਰ ਨੂੰ ਹੋਰ ਵੀ ਤਰੱਕੀ ਵੱਲ ਲੈ ਕੇ ਜਾਵੇਗੀ। ਮੰਤਰਾਲੇ ਦੇ ਸਕੱਤਰ ਭੁਪਿੰਦਰ ਸਿੰਘ ਭੱਲਾ ਨੇ ਕਿਹਾ ਕਿ ਬੀਤੇ ਕੁਝ ਸਾਲਾਂ ਵਿੱਚ ਭਾਰਤ ਨੇ ਆਰਥਿਕ ਖੇਤਰ ਵਿੱਚ ਬੜੀ ਤੇਜ਼ੀ ਨਾਲ ਵਿਕਾਸ ਕੀਤਾ ਹੈ ਅਤੇ ਇਸ ਵਿੱਚ ਜੈਵ ਊਰਜਾ ਦਾ ਅਹਿਮ ਸਥਾਨ ਹੈ। ਉਹਨਾਂ ਕਿਹਾ ਕਿ ਇਸ ਕਾਨਫਰੰਸ ਦੌਰਾਨ ਜਿਹੜੇ ਖਾਸ ਨੁਕਤੇ ਸਾਹਮਣੇ ਆਉਣਗੇ ਉਹਨਾਂ ਨੂੰ ਅਮਲ ਵਿੱਚ ਲਿਆ ਕੇ ਜੈਵ ਊਰਜਾ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਜਾਣਗੇ ਇਸ ਮੌਕੇ ਤੇ ਉਹਨਾਂ ਵੱਲੋਂ ਪਰਾਲੀ ਨਾ ਸਾੜਨ ਅਤੇ ਇਸ ਤੋਂ ਬਾਇਓ ਊਰਜਾ ਬਣਾਉਣ ਸੰਬੰਧੀ ਜਾਗਰੂਕ ਕਰਨ ਲਈ ਮੋਬਾਈਲ ਵੈਨਾਂ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਉਹਨਾਂ ਵੱਲੋਂ ਜੈਬ ਹੋ ਜੈ ਹੋ ਨਾ ਦਾ ਜੈਵ ਗੀਤ ਵੀ ਲਾਂਚ ਕੀਤਾ ਗਿਆ ਆਈਆਈਟੀ ਰੁੜਕੀ ਦੇ ਡਾਇਰੈਕਟਰ ਪ੍ਰੋਫੈਸਰ ਕੇਕੇ ਪੰਤ ਨੇ ਬਾਇਓ ਆਧਾਰਿਤ ਖੋਜ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ ਸਰਦਾਰ ਸਵਰਨ ਸਿੰਘ ਕੌਮੀ ਜੈਵ ਊਰਜਾ ਸੰਸਥਾਨ ਦੇ ਡਾਇਰੈਕਟਰ ਜਨਰਲ ਡਾਕਟਰ ਜੀ ਸ਼੍ਰੀ ਤਰਨੇਵੀ ਆ ਨੇ ਵਿਚਾਰ ਸਾਂਝੇ ਕੀਤੇ ਮੋਹਾਲੀ ਦੇ ਫਾਰਮਾਸੋਟਿਕਲ ਸਿੱਖਿਆ ਅਤੇ ਖੋਜ ਸੰਬੰਧੀ ਕੌਮੀ ਸੰਸਥਾਨ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ 2 ਦਿਨਾ ਕੌਮਾਂਤਰੀ ਸੰਮੇਲਨ ਕਮ ਵਰਕਸ਼ਾਪ ਦੀ ਸ਼ੁਰੂਆਤ ਹੋਈ। ਇਸ ਕਾਨਫਰੰਸ ਦੌਰਾਨ ਫਾਰਮਾਸੋਟਿਕਲ ਖੇਤਰ ਵਿੱਚ AI ਨਵਾਂਚਾਰ ਨੂੰ ਹੱਲਾਸ਼ੇਰੀ ਦੇਣ ਲਈ ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਵੀਰਵਾਰ ਦਿੱਤਾ ਗਿਆ। ਇਸ ਕਾਨਫਰੰਸ ਦਾ ਮੰਤਵ ਦਵਾਈਆਂ ਦੇ ਖੇਤਰ ਵਿੱਚ ਵਿਕਾਸ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਦੇ ਉੱਗੇ ਖੋਜਕਰਤਾਵਾਂ, ਮਾਹਿਰਾ ਅਤੇ ਸੰਨਤ ਦੇ ਪੇਸ਼ੇਵਰਾਂ ਨੂੰ ਇੱਕ ਮੰਚ ਤੇ ਇਕੱਠੇ ਕਰਨਾ ਹੈ। ਇਸ ਕਾਨਫਰੰਸ ਕਾਨਫਰੰਸ ਵਿੱਚ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੇ ਤਕਰੀਬਨ 200 ਬੁਲਾਰੇ ਆਪਣੇ ਵਿਚਾਰ ਤੇ ਖੋਜ ਪੱਤਰੇ ਪੇਸ਼ ਕਰਨਗੇ ਕਾਨਫਰੰਸ ਦੇ ਪਹਿਲੇ ਦਿਨ ਸੀਐਸਆਈਆਰ ਦੇ ਸਾਬਕਾ ਡਾਇਰੈਕਟਰ ਜਨਰਲ ਪ੍ਰੋਫੈਸਰ ਸਮੀਰ ਕੇ ਬ੍ਰਹਮਚਾਰੀ ਨੇ ਪੁੰਜੀਗਤ ਭਾਸ਼ਣ ਦਿੱਤਾ ਇਜ਼ਹਰਾਨ ਉਹਨਾਂ ਭਾਰਤ ਵਿੱਚ ਹਰੀ ਕ੍ਰਾਂਤੀ ਚਿੱਟੀ ਕ੍ਰਾਂਤੀ ਆਈਟੀ ਕ੍ਰਾਂਤੀ ਪੁਲਾੜ ਟੈਕਨੋਲੋਜੀ ਕ੍ਰਾਂਤੀ ਅਤੇ ਭਾਰਤੀ ਮੋਬਾਈਲ ਫੋਨ ਕ੍ਰਾਂਤੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਭਾਰਤ ਕਿਸ ਤਰ੍ਹਾਂ ਨਾਲ ਡਿਜੀਟਾਈਜ਼ੇਸ਼ਨ ਅਤੇ ਏਆਈ ਦੀ ਮਦਦ ਨਾਲ ਸਫਲਤਾ ਦੀਆਂ ਨਵੀਆਂ ਪੁਲੰਗਾਂ ਪੁੱਟ ਰਿਹਾ ਹੈ ਜਾਨਤਾ ਨੀ ਯੋਜਨਾ ਕਰੋੜਾਂ ਭਾਰਤੀਆਂ ਨੂੰ ਲਾਭ ਪਹੁੰਚਾ ਰਹੀ ਹੈ ਅਤੇ ਲਾਭਪਾਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਯੋਜਨਾ ਲਈ ਧੰਨਵਾਦ ਕਰ ਰਹੇ ਨੇ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਲੋਕਾਂ ਨੇ ਵੀ ਇਸ ਯੋਜਨਾ ਰਾਹੀਂ ਉਹਨਾਂ ਦੀ ਜ਼ਿੰਦਗੀ ਬਦਲਣ ਦੀ ਸ਼ਲਾਘਾ ਕੀਤੀ ਹੈ ਇਸ ਜ਼ਿਲ੍ਹੇ ਦੇ ਬਜ਼ੁਰਗਾਂ ਕਾਮਕਾਜੀ ਅਤੇ ਆਮ ਮਹਿਲਾਵਾਂ ਤੇ ਗਰੀਬ ਪਰਿਵਾਰਾਂ ਨਾਲ ਸੰਬੰਧਤ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਆਪਣਾ ਬੈਂਕ ਖਾਤਾ ਜ਼ੀਰੋ ਬੈਲੈਂਸ ਅਤੇ ਬਿਨਾਂ ਕਿਸੇ ਗਾਰੰਟੀ ਦੇ ਖੋਲ੍ਹਿਆ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਖਾਤੇ ਵਿੱਚ ਐਲਪੀਜੀ ਸਿਲੰਡਰ ਦੀ ਸਬਸਿਡੀ ਅਤੇ ਬੁਢਾਪਾ ਪੈ ਸਮੇਤ ਹੋਰ ਬਹੁਤ ਸਾਰੇ ਲਾਭ ਮਿਲ ਰਹੇ ਨੇ ਜਿਹੜੇ ਕਿ ਸਿੱਧੇ ਉਹਨਾਂ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਂਦੇ ਨੇ ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੇ ਮੋਬਾਈਲ ਅਤੇ ਜਨ ਤਨਖਾਤਿਆਂ ਨੂੰ ਬੈਂਕ ਨਾਲ ਲਿੰਕ ਕਰਵਾਇਆ ਹੋਇਆ ਹੈ ਇਸ ਕਰਕੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਬਸਿਡੀ ਬਾਰੇ ਮੋਬਾਈਲ ਤੇ ਆਏ ਸੰਦੇਸ਼ਾਂ ਰਾਹੀਂ ਤੁਰੰਤ ਜਾਣਕਾਰੀ ਮਿਲ ਜਾਂਦੀ ਹੈ ਰੋਜ਼ਾਨਾ ਦੇ ਲੈਣ ਦੇਣ ਲਈ ਯੂਪੀਆਈ ਪੀਮ ਅਤੇ ਪੇਟੀਐਮ ਵਗੈਰਾ ਦੀ ਵਰਤੋਂ ਨਾਲ ਉਹਨਾਂ ਦੀ ਜ਼ਿੰਦਗੀ ਹੋਰ ਸੁਖਾਲੀ ਹੋ ਗਈ ਹੈ ਕੋਵਿਡ ਮਹਾਮਾਰੀ ਦੌਰਾਨ ਉਹਨਾਂ ਨੂੰ 500 ਰੁਪਏ ਦੀਆਂ ਕਿਸ਼ਤਾਂ ਸਮੇਂ ਸਿਰ ਮਿਲਣ ਤੇ ਵੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ जीरो बैलेंस का खाता खुला बहुत फायदा है मोदी जी ने बहुत फायदा काम किया हमारा जीरो बैलेंस मोदी वाला खाता खुला हुआ है उसमें हमारा दो लाख का बीमा भी है और जो जैसे हम टेलर का काम करते हैं हमें पैसे की जरूरत पड़ती है या हमारे पास खुले नहीं है मेरा पे भी चलता है और जैसे मतलब कि मेरा ए टी भी बना हुआ है जो पे जो हमारा जैसे काम करते हैं हमें हर एक चीज की लाभ मिलता है मेरा खाता खुला हुआ है जीरो बैलेंस वाला उसमें हमें बहुत ज़्यादा प्रॉफिट हुआ है मोदी जी का धन्यवाद बहुत बहुत ਕੇਂਦਰ ਸਰਕਾਰ ਵੱਲੋਂ ਘੱਟ ਕੀਮਤ ਤੇ ਰਸੋਈ ਗੈਸ ਸਿਲੰਡਰ ਦੇਣ ਲਈ ਚਲਾਈ ਗਈ ਉਜਵਲਾ ਯੋਜਨਾ ਦਾ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਲੋਕ ਲਾਭ ਲੈ ਰਹੇ ਨੇ ਇਸ ਯੋਜਨਾ ਹੇਠ ਜਿਨ੍ਹਾਂ ਲੋਕਾਂ ਨੇ ਗੈਸ ਸਪਲਾਈ ਕਨੈਕਸ਼ਨ ਲਏ ਹੋਏ ਨੇ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਸਬਸਿਡੀ ਅਧੀਨ 300 ਰੁਪਏ ਪ੍ਰਤੀ ਸਿਲੰਡਰ ਘੱਟ ਕੀਮਤ ਵਿੱਚ ਮਿਲ ਰਿਹਾ ਹੈ ਕੇਂਦਰ ਸਰਕਾਰ ਦੀ ਇਸ ਯੋਜਨਾ ਰਾਹੀਂ ਰਸੋਈ ਗੈਸ ਸਿਲੰਡਰ ਦੇ ਆਮ ਲੋਕਾਂ ਦੀ ਪਹੁੰਚ ਵਿੱਚ ਆਉਣ ਨਾਲ ਤਰਨਤਾਰਨ ਦੇ ਵਸਨੀਕਾਂ ਨੇ ਕੇਂਦਰ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਨਾਲ ਹੀ ਪ੍ਰਧਾਨ ਮੰਤਰੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ ਸਰਕਾਰ ਨੇ ਸਿਲੰਡਰਾਂ ਦਾ ਰੇਟ ਘਟਾ ਕੇ ਉਹਦੇ ਉੱਤੇ ਸਬਸਿਡੀ ਦੇ ਕੇ ਜਿਹੜਾ ਆਮ ਜਨਤਾ ਆਸਤੀ ਬਹੁਤ ਵੱਡਾ ਉਪਰਾਲਾ ਕੀਤਾ ਵਾ ਤੇ ਇਹ ਤੋਂ ਬਲਾਦਾ ਜਿਹੜਾ ਕਿ ਪਹਿਲਾਂ ਸਿਲੰਡਰ ਲੈਣਾ ਉਹ ਕਾਫੀ ਮੁਸ਼ਕਲ ਹੁੰਦਾ ਸੀ ਆਮ ਜਨਤਾ ਵਾਸਤੇ ਉਹ ਆਮ ਜਨਤਾ ਦੀ ਮੋਹਤੋ ਬਹੁਤ ਬਾਹਰੀ ਉਹ ਜਿਹੜਾ ਕਿ ਆਮ ਜਨਤਾ ਵਾਸਤੇ ਸਿਲੰਡਰ ਲੈਣਾ ਆਸਾਨ ਹੋ ਗਿਆ ਵਾ ਉਹ ਸਬਸਿਡੀ ਜਿਹੜੀ ਆ ਉਹ ਸਾਰਿਆਂ ਦੇ ਖਾਤੇ 'ਨ ਟ੍ਰਾਂਸਫਰ ਹੋ ਜਾਂਦੀ ਆ ਸਰਕਾਰ ਵੱਲੋਂ ਸਿਲੰਡਰਾਂ ਉੱਪਰ ਸਬਸਿਡੀ ਦਿੱਤੀ ਗਈ ਆ ਉਹ ਬਹੁਤ ਵਧੀਆ ਉਪਰਾਲਾ ਆ ਅਤੇ ਪਹਿਲਾ ਸਿਲੰਡਰ ਆਮ ਆਦਮੀ ਦੀ ਪਹੁੰਚ ਵਿੱਚੋਂ ਬਾਹਰ ਸੀ ਅਤੇ ਹੁਣ ਮਤਲਬ ਆਮ ਆਦਮੀ ਵੀ ਸਿਲੰਡਰ ਖਰੀਦ ਸਕਦਾ ਹੈ ਤੇ ਇਸ ਯੋਜਨਾ ਵਾਸਤੇ ਮੈਂ ਸ਼੍ਰੀ ਮਾਨਯਾ ਨਰਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਏਸ਼ੀਆਈ ਖੇਡਾਂ ਵਿੱਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਜੀਨ ਵਾਪਸੀ ਦੇ 10 ਦਿਨਾਂ ਦੇ ਅੰਦਰ-ਅੰਦਰ ਨਕਦ ਇਨਾਮ ਅਤੇ ਹੋਰ ਲਾਭ ਦਿੱਤੇ ਜਾਣਗੇ ਐਗਜ਼ੀਕਿਊਟਿਵ ਕੋਚਾਂ ਨਾਲ ਵਿਚਾਰ ਵਟਾੰਦਰੇ ਦੌਰਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਤਮਗਾ ਜੇਤੂ ਖਿਡਾਰੀਆਂ ਦੇ ਸਨਮਾਨ ਦੀ ਕਦੇ ਪਰਵਾਹ ਨਹੀਂ ਕੀਤੀ ਪਰ ਸਾਡੀ ਸਰਕਾਰ ਇਸ ਕੰਮ ਨੂੰ ਪੂਰੀ ਤਰਜੀਹ ਦੇਵੇਗੀ ਉਨ੍ਹਾਂ ਕਿਹਾ ਕਿ ਇਸ ਦਾ ਇੱਕੋ ਇੱਕ ਮੰਤਵ ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਮਨੋਬਲ ਵਧਾਉਣਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਬਹੁਤ ਵੱਡੀ ਖਿਡਾਰੀ ਨੇ ਜਿੰਨਾ ਚੋਕੁਜਿਕ ਨੇ ਏਸ਼ੀਆਈ ਖੇਡਾਂ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਣਵਾਇਆ ਹੈ ਉਹਨਾਂ ਕਿਹਾ ਕਿ ਇਸ ਦਾ ਸਿਹਰਾ ਇੱਕ ਪਾਸੇ ਖਿਡਾਰੀਆਂ ਦੇ ਸਮਰਪਣ ਨੂੰ ਜਾਂਦਾ ਹੈ ਦੂਜੇ ਪਾਸੇ ਕੋਚਾਂ ਵੱਲੋਂ ਨਿਭਾਈ ਮੋਰੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਸੀਐਮ ਯੋਗਸ਼ਾਲਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਫਾਜ਼ਿਲਕਾ ਵਿੱਚ ਅਜੇ ਹੀ ਯੋਗਸ਼ਾਲਾ ਦੀ ਸ਼ੁਰੂਆਤ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੁੱਗਲ ਨੇ ਦੱਸਿਆ ਕਿ ਸਰਕਾਰ ਵੱਲੋਂ ਮਾਹਰ ਯੋਗ ਟ੍ਰੇਨਰ ਭੇਜੇ ਗਏ ਨੇ ਜਿਹੜੇ ਰੋਜ਼ਾਨਾ ਸਵੇਰੇ ਸ਼ਾਮ ਫਾਜ਼ਿਲਕਾ ਜ਼ਿਲ੍ਹੇ ਵਿੱਚ ਯੋਗ ਦੀ ਸਿਖਲਾਈ ਦਿੰਦੇ ਨੇ। ਉਹਨਾਂ ਦੱਸਿਆ ਕਿ ਯੋਗ ਦਾ ਸਾਡੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਵਿੱਚ ਬਹੁਤ ਯੋਗਦਾਨ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਆਪਣੀ ਨੇੜਲੀ ਯੋਗਸ਼ਾਲਾ ਵਿੱਚ ਪੁੱਜ ਕੇ ਰੋਜ਼ਾਨਾ ਕਸਰਤ ਕਰਨ ਦੀ ਸਲਾਹ ਦਿੱਤੀ। ਜੰਮੂ ਕਸ਼ਮੀਰ ਨੇ ਜਲ ਜੀਵਨ ਮਿਸ਼ਨ ਲਾਗੂ ਕਰਨ ਵਿੱਚ 70% ਦਾ ਟੀਚਾ ਹਾਸਲ ਕਰਕੇ ਇੱਕ ਹੋਰ ਰਿਕਾਰਡ ਕਾਇਮ ਕੀਤਾ ਹੈ ਇਥੋਂ ਦੇ 70% ਪਿੰਡੂ ਪਰਿਵਾਰਾਂ ਨੂੰ ਟੂਟੀ ਰਾਹੀਂ ਪਾਣੀ ਸਪਲਾਈ ਕਰਨ ਦਾ ਟੀਚਾ ਹਾਸਲ ਕਰ ਲਿਆ ਗਿਆ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਗੁਣਵੱਤਾ ਵਾਲੇ ਪਾਣੀ ਦੀ ਸਪਲਾਈ ਅਤੇ ਇਸ ਦੇ ਪ੍ਰਬੰਧਨ ਦੇ ਮਾਮਲੇ ਵਿੱਚ ਕੌਮੀ ਪ੍ਰਬੰਧਨ ਦੇ ਦੂਜੇ ਸਥਾਨ ਤੇ ਹੈ ਇਸ ਮਿਸ਼ਨ ਤਹਿਤ ਹੁਣ ਤੱਕ 18 ਲੱਖ 67 ਹਜ਼ਾਰ ਪਿੰਡੂ ਪਰਿਵਾਰਾਂ ਵਿੱਚੋਂ 13 ਲੱਖ 16 ਹਜ਼ਾਰ ਨੂੰ ਟੂਟੀ ਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ ਜਲ ਜੀਵਨ ਮਿਸ਼ਨ ਦਾ ਮੰਤਵ ਹਰ ਪਿੰਡੂ ਪਰਿਵਾਰ ਨੂੰ ਟੂਟੀ ਦਾ ਪਾਣੀ ਸਪਲਾਈ ਕਰਨਾ ਹੈ ਜੰਮੂ ਕਸ਼ਮੀਰ ਵਿੱਚ ਪਿਛਲੇ 1 ਸਾਲ ਤੋਂ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕਾਂ ਆ ਰਹੇ ਹਨ ਯੂ ਡੀ ਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ X ਤੇ ਵੀ ਦੇਖ ਸਕਦੇ ਨੇ ਬੁਲੇਟਿਨ ਦੇ ਅਖੀਰ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਲਕੇ ਨਵੀਂ ਦਿੱਲੀ ਵਿੱਚ ਏਸ਼ੀਆਈ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਵਧਾਉਣਗੇ ਹੌਸਲਾ ਅਤੇ ਕਰਨਗੇ ਮਨ ਦੀ ਬਾਤ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਤਹਿਤ ਹਿਮਾਚਲ ਪ੍ਰਦੇਸ਼ ਦੇ ਜਸਮਾ ਦੇ ਵਕਪਕ ਪਿੰਡਾਂ ਦੇ ਘਰਾਜੋਂ ਮਿੱਟੀ ਕੀਤੀ ਇਕੱਠੀ ਸੀਆਰਪੀਐਫਬੀ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੋਟਰਸਾਈਕਲ ਰੈਲੀ ਨੇ ਵਾਗਾ ਬਾਰਡਰ ਦਾ ਕੀਤਾ ਦੌਰਾ ਮਹਿਲਾ ਬੈਂਡ ਟੁਕੜੀ ਵੱਲੋਂ ਯੁਸ਼ਸ਼ਵੀ ਮੋਟਰਸਾਈਕਲ ਸਵਾਰਾਂ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ ਅਤੇ ਕਪੂਰਥਲਾ ਵਿੱਚ ਜੈਵ ਊਰਜਾ ਖੋਜ ਵਿੱਚ ਮੌਜੂਦਾ ਤਰੱਕੀ ਵਿਸ਼ੇ ਤੇ ਚਾਰ ਰੋਜ਼ਾ ਚੌਥੀ ਕੋ ਮੰਤਰੀ ਕਾਨਫਰੰਸ ਦਾ ਹੋਇਆ ਉਦਘਾਟਨ ਦੇ ਇਸ ਦਿਨ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ